ਆਈਫੋਨ ਦਾ ਕਰੇਜ਼ ਕਿਸੇ ਤੋਂ ਵੀ ਲੁਕਿਆ ਨਹੀਂ ਹੈ। ਫੋਨ ਕੰਪਨੀਆਂ 'ਚ ਜੇ ਕੋਈ ਸਭ ਤੋਂ ਵੱਡਾ ਬ੍ਰਾਂਡ ਹੈ ਤਾਂ ਉਹ ਹੈ ਆਈਫੋਨ। ਖਾਸਕਰ ਨੌਜਵਾਨਾਂ ਵਿੱਚ ਅਕਸਰ ਆਈਫੋਨ ਨੂੰ ਲੈ ਕੇ ਕਰੇਜ਼ ਦੇਖਿਆ ਜਾਂਦਾ। ਨੌਜਵਾਨ ਮੁੰਡੇ ਕੁੜੀਆਂ ਤੋਂ ਲੈ ਕੇ ਤਕੜੇ ਬਿਜ਼ਨਸਮੈਨ ਸਭ ਦੀ ਪਹਿਲੀ ਪਸੰਦ ਆਈਫੋਨ ਬਣਿਆ ਹੋਇਆ। ਪਰ ਕੀ ਤੁਹਾਨੂੰ ਪਤਾ ਆਈਫੋਨ ਦਾ ਸ਼ੁਰੂਆਤੀ ਇਤਿਹਾਸ ਭਾਰਤ ਨਾਲ ਜੁੜਿਆ ਹੋਇਆ? ਸੁਣ ਕੇ ਹੋ ਗਏ ਨਾ ਹੈਰਾਨ। ਆਈਫੋਨ ਦਾ ਜਦੋਂ ਵੀ ਜ਼ਿਕਰ ਹੁੰਦਾ ਤਾਂ ਸਟੀਵ ਜੌਬਸ ਅਤੇ ਆਈਫੋਨ ਦੇ ਲੋਗੋ, ਜੋ ਕਿ ਇੱਕ ਖਾਧਾ ਹੋਇਆ ਸੇਬ ਹੈ, ਦਾ ਜ਼ਿਕਰ ਹਮੇਸ਼ਾ ਹੁੰਦਾ। ਪਰ ਇੱਕ ਭਾਰਤੀ ਬਾਬੇ ਨੇ ਇਸ ਲੋਗੋ ਨੂੰ ਲੈ ਕੇ ਵੱਡਾ ਖੁਲਾਸਾ ਕਰ ਦਿੱਤਾ। ਆਈਫੋਨ ਐਪਲ ਦਾ ਇੱਕ ਮਸ਼ਹੂਰ ਲੋਗੋ ਕਿਵੇਂ ਭਾਰਤ 'ਚ ਪਿਆ, ਇਹ ਖੁਲਾਸਾ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਸੋ ਆਓ ਦੱਸਦਿਆਂ, ਦੁਨੀਆ ਦਾ ਨੰਬਰ ਇੱਕ ਬ੍ਰਾਂਡ ਐਪਲ ਦਾ ਨਾਮਕਰਨ ਕਿਵੇਂ ਇੱਕ ਬਾਬੇ ਨੇ ਕੀਤਾ। ਤੁਸੀਂ ਸੋਸ਼ਲ ਮੀਡੀਆ 'ਤੇ ਵਰਿੰਦਾਵਨ ਦੇ ਮਸ਼ਹੂਰ ਕਥਾਕਾਰ ਮਹਾਰਾਜ ਅਨਿਰੁੱਧਾਚਾਰੀਆ ਦੀਆਂ ਕਈ ਵੀਡੀਓਜ਼ ਦੇਖੀਆਂ ਹੋਣਗੀਆਂ। ਉਹਨਾਂ ਨੂੰ ਸੁਣਨ ਲਈ ਦੇਸ਼ ਵਿਦੇਸ਼ ਤੋਂ ਲੋਕ ਵਰਿੰਦਾਵਨ ਪਹੁੰਚਦੇ ਹਨ। ਮਹਾਰਾਜ ਦੀ ਸੋਸ਼ਲ ਮੀਡੀਆ 'ਤੇ ਚੰਗੀ ਫੈਨ ਫੋਲੋਇੰਗ ਹੈ। ਉੱਥੇ ਉਹਨਾਂ ਦੇ ਉਪਦੇਸ਼ਾਂ ਦਾ ਵੀ ਸਿਲਸਿਲਾ ਜਾਰੀ ਰਹਿੰਦਾ। ਉਹਨਾਂ ਦੇ ਸ਼ਰਧਾਲੂਆਂ ਦੀ ਚੰਗੀ ਗਿਣਤੀ ਹੈ ਅਤੇ ਟ੍ਰੋਲ ਕਰਨ ਵਾਲਿਆਂ ਵਿੱਚ ਵੀ ਕੋਈ ਕਮੀ ਨਹੀਂ। ਮਹਾਰਾਜ ਅਨਿਰੁੱਧਾਚਾਰੀਆ ਦੇ ਵੀਡੀਓ ਅਕਸਰ ਸੋਸ਼ਲ ਮੀਡੀਆ 'ਤੇ ਦਿਖਾਈ ਦਿੰਦੇ ਹਨ, ਜਿਸ ਵਿੱਚ ਉਹ ਸ਼ਰਧਾਲੂਆਂ ਨੂੰ ਗਿਆਨ ਦੀਆਂ ਗੱਲਾਂ ਦੱਸਦੇ ਹਨ। ਪਰ ਕਈ ਵਾਰ ਅਜਿਹਾ ਗਿਆਨ ਵੀ ਦੇ ਦਿੰਦੇ ਹਨ ਜਿਸ ਨੂੰ ਲੋਕਾਂ ਦੁਆਰਾ ਹਜ਼ਮ ਕਰਨਾ ਔਖਾ ਹੋ ਜਾਂਦਾ। ਹਾਲ ਹੀ ਵਿੱਚ ਉਹਨਾਂ ਦੀ ਇੱਕ ਕਲਿੱਪ ਸਾਹਮਣੇ ਆਈ ਹੈ ਜਿਸ ਵਿੱਚ ਉਹ ਬਿਸਕੁਟ ਨੂੰ ਜ਼ਹਿਰ ਦੀ ਕਿੱਟ ਕਹਿ ਰਹੇ ਸਨ। ਹੁਣ ਇੱਕ ਤਾਜ਼ਾ ਕਲਿੱਪ ਵਿੱਚ ਉਹ ਆਈਫੋਨ ਦੀ ਕਾਢ ਬਾਰੇ ਗੱਲ ਕਰ ਰਹੇ। ਮਹਾਰਾਜ ਜੀ ਦੱਸਦੇ ਹਨ ਕਿ ਆਈਫੋਨ ਕਿੱਥੋਂ ਆਇਆ ਅਤੇ ਉਸਦੀਆਂ ਭਾਰਤ ਦੇ ਨਾਲ ਤਾਰਾਂ ਕਿਵੇਂ ਜੁੜੀਆਂ ਹੋਈਆਂ। ਸਭ ਤੋਂ ਪਹਿਲਾਂ ਉਹ ਕਹਿੰਦੇ ਹਨ ਕਿ ਤੁਸੀਂ ਸਾਰਿਆਂ ਨੇ ਆਈਫੋਨ ਦਾ ਨਾਮ ਤਾਂ ਜ਼ਰੂਰ ਸੁਣਿਆ ਹੋਵੇਗਾ। ਆਈਫੋਨ ਦੁਨੀਆ ਦਾ ਸਭ ਤੋਂ ਵੱਡਾ ਬ੍ਰਾਂਡ ਹੈ। ਸਾਰੇ ਆਈਫੋਨ ਉਤਪਾਦਾਂ 'ਤੇ ਕੱਟਿਆ ਹੋਇਆ ਸੇਬ ਲੱਗਿਆ ਹੁੰਦਾ, ਯਾਨੀ ਕਿ ਮਹਾਰਾਜ ਆਈਫੋਨ ਐਪਲ ਦੇ ਲੋਗੋ ਦੀ ਗੱਲ ਕਰ ਰਹੇ। ਕੀ ਤੁਸੀਂ ਜਾਣਦੇ ਹੋ ਇੱਕ ਲੋਗੋ ਕਿੱਥੋਂ ਆਇਆ? ਇਸ ਤੋਂ ਬਾਅਦ ਉਹ ਤੁਰੰਤ ਨਿੰਮ ਕਰੋਲੀ ਬਾਬਾ ਦਾ ਜ਼ਿਕਰ ਕਰਨਾ ਸ਼ੁਰੂ ਕਰ ਦਿੰਦੇ ਹਨ। ਉਹ ਕਹਿੰਦੇ ਹਨ ਕਿ ਸਾਡੇ ਇੱਥੇ ਇੱਕ ਸੰਤ ਨਿੰਮ ਕਰੋਲੀ ਬਾਬਾ ਜੀ ਹੋਇਆ ਕਰਦੇ ਸਨ। ਇੱਕ ਅਮੈਰੀਕਨ ਚੇਲਾ ਉਹਨਾਂ ਕੋਲ ਆਇਆ ਅਤੇ ਕਹਿਣ ਲੱਗਾ, ਗੁਰੂ ਜੀ ਅਸੀਂ ਫੈਕਟਰੀ ਲਾਉਣਾ ਚਾਹੁੰਦੇ ਹਾਂ, ਉਸਦਾ ਨਾਮ ਸਮਝ ਨਹੀਂ ਆ ਰਿਹਾ, ਤੁਸੀਂ ਕਿਰਪਾ ਕਰੋ। ਮਹਾਰਾਜ ਜੀ ਕੋਲ ਇੱਕ ਸੇਬ ਪਿਆ ਸੀ। ਇਸ ਤੋਂ ਬਾਅਦ ਮਹਾਰਾਜ ਨੇ ਸੇਬ ਖਾਧਾ, ਖਾਣ ਤੋਂ ਬਾਅਦ ਚੇਲੇ ਨੂੰ ਦੇ ਦਿੱਤਾ। ਜੀ ਹਾਂ, ਉਹ ਚੇਲਾ ਕੋਈ ਹੋਰ ਨਹੀਂ, ਸਟੀਵ ਜੌਬਸ ਦੀ ਗੱਲ ਕਰ ਰਹੇ। ਸਟੀਵ ਜੌਬਸ ਐਪਲ ਆਈਫੋਨ ਦੇ ਫਾਊਂਡਰ ਨੇ। ਉਹਨਾਂ ਵੱਲੋਂ ਹੀ ਐਡਾ ਵੱਡਾ ਬ੍ਰਾਂਡ ਬਣਾਇਆ ਗਿਆ ਜੋ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੋਏ। ਤਾਂ ਉਹਨਾਂ ਨੇ ਕੱਟਿਆ ਹੋਇਆ ਸੇਬ ਉਸ ਸਟੀਵ ਜੌਬਸ, ਜਿਨ੍ਹਾਂ ਨੂੰ ਕਿ ਚੇਲਾ ਕਹਿ ਕੇ ਸੰਬੋਧਨ ਕਰਦੇ ਨੇ, ਉਹਨਾਂ ਨੂੰ ਦੇ ਦਿੱਤਾ। ਅੱਜ ਇਹ ਪੂਰੀ ਦੁਨੀਆ ਦਾ ਸਭ ਤੋਂ ਵੱਡਾ ਬ੍ਰਾਂਡ ਬਣ ਚੁੱਕਿਆ। ਮਹਾਰਾਜ ਜੀ ਨੇ ਉਸ ਚੇਲੇ ਨੂੰ ਸਿਰਫ ਖਾਧਾ ਹੋਇਆ ਸੇਬ ਦਿੱਤਾ ਅਤੇ ਉਸ ਸੇਬ ਨੂੰ ਚੇਲੇ ਨੇ ਐਡਾ ਵੱਡਾ ਬ੍ਰਾਂਡ ਬਣਾ ਦਿੱਤਾ। ਅੱਜ ਇਹ ਪੂਰੀ ਦੁਨੀਆ ਦਾ ਸਭ ਤੋਂ ਵੱਡਾ ਬ੍ਰਾਂਡ ਬਣ ਚੁੱਕਿਆ। ਆਈਫੋਨ, ਆਈਪੈਡ ਆਦਿ ਉਸਦੇ ਕਈ ਹੋਰ ਉਤਪਾਦ ਹਨ। ਹੁਣ ਇਹ ਕਲਿੱਪ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਕਈ ਲੋਕ ਮਹਾਰਾਜ ਨੂੰ ਪਖੰਡੀ ਦੱਸ ਰਹੇ ਹਨ। ਟਵਿੱਟਰ 'ਤੇ ਇੱਕ ਯੂਜ਼ਰ ਨੇ ਕੈਪਸ਼ਨ ਦੇ ਵਿੱਚ ਲਿਖਿਆ ਕਿ
ਬਿਸਕੁਟ ਅਤੇ ਉਸਦੀ ਅਥਾਹ ਜਾਣਕਾਰੀ ਤੋਂ ਬਾਅਦ ਹੁਣ ਬਾਬਾ ਜੀ ਆਈਫੋਨ ਕਿਵੇਂ ਆਇਆ, ਆਈਫੋਨ ਦਾ ਨਾਮ ਕਿਵੇਂ ਪਿਆ, ਇਸਦਾ ਲੋਗੋ ਕਿਵੇਂ ਬਣਿਆ, ਇਸ 'ਤੇ ਗਿਆਨ ਦੇ ਰਹੇ ਨੇ ਅਤੇ ਇਸਦੀ ਪੂਰੀ ਜਾਣਕਾਰੀ ਇਸ ਪਖੰਡੀ ਤੋਂ ਸੁਣੋ। ਸੋ ਤੁਹਾਡਾ ਇਸ ਮਾਮਲੇ ਨੂੰ ਲੈ ਕੇ ਕੀ ਕਹਿਣਾ, ਸਾਨੂੰ ਕਮੈਂਟਾਂ ਜ਼ਰੀਏ ਆਪਣੀ ਰਾਏ ਜ਼ਰੂਰ ਸਾਂਝੀ ਕਰਿਓ। ਹੋਰ ਤਾਜ਼ਾ ਜਾਣਕਾਰੀ ਅਤੇ ਖਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ।